ਹੈਲੋ ਦੋਸਤੋ ਗੁਰੂ ਸਟੱਡੀ ਪੁਆਇੰਟ ਤੇ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਦੋਸਤੋ ਲੈ ਕੇ ਆਇਆ ਬੈਰੀ ਇੰਪੋਰਟੈਂਟ ਵੀਡੀਓ ਜੋ ਕਿ ਬਾਲ ਵਿਕਾਸ ਚਾਈਲਡ ਡਿਵੈਲਪਮੈਂਟ ਦੇ ਨਾਲ ਸੰਬੰਧਿਤ ਹੈ ਐਂਟੀਟੀ ਪ੍ਰਾਈਮਰੀ 8393 ਪੋਸਟਾਂ ਦੇ ਕੈਂਡੀਡੇਟ ਵਾਸਤੇ ਬੜੀ ਲਾਹੇਵੰਦ ਵੀਡੀਓ ਹੈ ਪੀਐਸ ਟੈਟ ਦੇ ਵਿਦਿਆਰਥੀਆਂ ਵਾਸਤੇ ਵੀ ਵੀਡੀਓ ਲਾਹੇਵੰਦ ਹੈ ਸੋ ਸ਼ੁਰੂ ਸ਼ੁਰੂ ਕਰਦੇ ਹਾਂ ਪਹਿਲਾ ਪ੍ਰਸ਼ਨ ਵੀਡੀਓ ਨੂੰ ਅਖੀਰ ਤੱਕ ਦੇਖਿਓ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਪਹਿਲਾ ਪ੍ਰਸ਼ਨ ਦੇਖਦੇ ਆਂ ਦੋਸਤੋ ਸਿੱਖਣ ਦੇ ਪੈਵਲੋਵ ਦੇ ਸਿਧਾਂਤ ਨੂੰ ਕਿਸ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ ਸੋ ਪੈਵਲੋਵ ਨੇ ਜਿਹੜੀਆਂ ਸੀਗਾ ਲਰਨਿੰਗ ਥਿਉਰੀ ਦੇ ਵਿੱਚ ਆਪਣੇ ਸਿਧਾਂਤ ਦਿੱਤੇ ਨੇ ਜੀ ਸਿੱਖਣ ਦੇ ਪੈਵਲੋਵ ਦੇ ਸਿਧਾਂਤ ਨੂੰ ਕਿਹੜੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ ਪੁਨਰਵਲਨ ਦਾ ਸਿਧਾਂਤ ਆ ਪੁਨਰਵਲਨ ਦਾ ਸਿਧਾਂਤ ਗਿਆਨਾਂਤਮਕ ਸਿਧਾਂਤ ਜਾਂ ਕੋਈ ਨਹੀਂ ਆਪਸ਼ਨ ਨੰਬਰ 1 ਸਹੀ ਹੈ ਜੀ ਪੈਵਲੋਵ ਨੇ ਪੁਨਰਵਲਨ ਦਾ ਸਿਧਾਂਤ ਦਿੱਤਾ ਸੀ ਅਗਲਾ ਪ੍ਰਸ਼ਨ ਦੇਖਦੇ ਆਂ 2 ਨੰਬਰ ਪ੍ਰਸ਼ਨ ਜੀ ਸਭ ਤੋਂ ਪਹਿਲਾਂ ਸਿੱਖਣ ਮਸ਼ੀਨ ਕਿਸ ਨੇ ਤਿਆਰ ਕੀਤੀ ਸਕਿਨਰ ਨੇ ਪ੍ਰੈਸੀ ਨੇ ਲਿਊਸਡਨ ਨੇ ਕੋਈ ਨਹੀਂ ਆਪਸ਼ਨ ਨੰਬਰ ਆੜਾ ਸਹੀ ਹੈ ਜੀ ਇਹ ਪ੍ਰੈਸੀ ਨੇ ਤਿਆਰ ਕੀਤੀ ਸੀ ਜੀ ਸਭ ਤੋਂ ਪਹਿਲਾਂ ਸਿੱਖਣ ਮਸ਼ੀਨ ਹੈ ਜਿਹੜੀ ਉਹ ਪ੍ਰੈਸੀ ਨੇ ਤਿਆਰ ਕੀਤੀ ਸੀ 3 ਨੰਬਰ ਪ੍ਰਸ਼ਨ ਦੋਸਤੋ ਬਲੈਕ ਡਿਜ਼ਾਈਨ ਬੁੱਧੀ ਪ੍ਰੀਖਣ ਉਦਾਹਰਨ ਹੈ ਕਿਰਿਆਤਮਕ ਟੈਸਟ ਆ ਆ ਸ਼াব্দਿਕ ਟੈਸਟ ਸ਼াব্দਿਕ ਟੈਸਟ ਜਾਂ ਕੋਈ ਨਹੀਂ ਸੋ ਬਲਾਕ ਡਿਜ਼ਾਈਨ ਬੁੱਧੀ ਪ੍ਰੀਖਣਾਂ ਜਿਹੜਾ ਜੀ ਇਹ ਕਿਰਿਆਤਮਕ ਟੈਸਟ ਆ ਦੋਸਤੋ ਆਪਸ਼ਨ ਨੰਬਰ ਊੜਾ ਸਹੀ ਆ ਬਲਾਕ ਡਿਜ਼ਾਈਨ ਬੁੱਧੀ ਪ੍ਰੀਖਣ ਉਦਾਹਰਨ ਹੈ ਕਿਰਿਆਤਮਕ ਟੈਸਟ ਦੀ ਆਪਸ਼ਨ ਨੰਬਰ ਊੜਾ ਸਹੀ ਆ 4 ਨੰਬਰ ਪ੍ਰਸ਼ਨ ਦੋਸਤੋ ਇੱਕ ਉੱਤਮ ਪ੍ਰੀਖਣ ਦਾ ਕਿਹੜਾ ਗੁਣ ਨਹੀਂ ਹੈ ਸੋ ਨਹੀਂ ਨੂੰ ਧਿਆਨ ਚ ਰੱਖਣਾ ਇੱਕ ਉੱਤਮ ਗੁਣ ਇੱਕ ਉੱਤਮ ਪ੍ਰੀਖਣ ਦਾ ਕਿਹੜਾ ਗੁਣ ਨਹੀਂ ਹੈ ਵਿਸ਼ਵਾਸਯੋਗਤਾ ਵੈਦਤਾ ਮਾਨਕੀਕਰਨ ਰਚਨਾਤਮਕਤਾ ਸੋ ਦੋਸਤੋ ਜਦੋਂ ਆਪਾਂ ਕੋਈ ਪ੍ਰੀਖਣ ਕਰਦੇ ਆ ਕੋਈ ਉੱਤਮ ਚੰਗਾ ਪ੍ਰੀਖਣ ਕਰਦੇ ਆ ਉਹਦੇ ਵਿੱਚ ਵਿਸ਼ਵਾਸ ਹੁੰਦਾ ਹੈਗਾ ਵਿਸ਼ਵਾਸਯੋਗਤਾ ਵੀ ਹੁੰਦੀ ਹੈ ਵੈਦਤਾ ਵੈਲਿਡਿਟੀ ਵੀ ਉਹਦੀ ਹੁੰਦੀ ਆ ਇਹ ਨਹੀਂ ਹੈ ਵੀ ਆਪਾਂ ਕੋਈ ਇੱਕ ਪ੍ਰੀਖਣ ਹੁਣ ਤਿਆਰ ਕਰ ਲਿਆ ਤੇ ਉਹ ਸਾਰੀ ਉਮਰ ਉਹੀ ਚੱਲੀ ਜਾਊ ਉਹਦੀ ਇੱਕ ਖਾਸ ਸਟੈਂਡਰਡਾਈਜ਼ ਮਾਨਕੀਕਰਨ ਵੀ ਹੁੰਦਾ ਉਹਦਾ ਇੱਕ ਲੇਬਲ ਹੁੰਦਾ ਹੈਗਾ ਰਚਨਾਤਮਕਤਾ ਪ੍ਰਸ਼ਨ ਦੇ ਅਕੋਰਡਿੰਗ ਠੀਕ ਹੈ ਜੀ ਇਹ ਗੁਣ ਨਹੀਂ ਹੁੰਦਾ ਇੱਕ ਉਤਮ ਪ੍ਰੀਖਣ ਦਾ ਆਪਸ਼ਨ ਨੰਬਰ ਸ ਸਹੀ ਹੈ ਜੀ ਅ ਪ੍ਰਸ਼ਨ ਨੰਬਰ 4 ਦੇ ਅਕੋਰਡਿੰਗ ਆਪਸ਼ਨ ਨੰਬਰ 4 ਸ ਰਚਨਾਤਮਕਤਾ ਇਹ ਸਹੀ ਹੈ ਜੀ 5 ਨੰਬਰ ਪ੍ਰਸ਼ਨ ਦੋਸਤੋ ਕਿਸ ਮਨੋਵਿਗਿਆਨੀ ਨੇ ਕਿਹਾ ਕਿ ਭੁੱਲਣ ਦਾ ਕਾਰਨ ਸਮੇਂ ਦਾ ਬੀਤਣਾ ਨਹੀਂ ਹੁੰਦਾ ਬਲਕਿ ਉਸ ਉੱਤੇ ਹੋਏ ਸਮੇਂ ਵਿੱਚ ਕੁਝ ਨਵਾਂ ਪਾਠ ਜਾਂ ਚੀਜ਼ ਦਾ ਸਿੱਖਣ ਹੁੰਦਾ ਹੈ ਸੋ ਇੱਕ ਅਜਿਹਾ ਮਨੋਵਿਗਿਆਨੀ ਸੀ ਜੀ ਉਹ ਕਹਿੰਦਾ ਵੀ ਜਿਹੜਾ ਆਪਾਂ ਕੋਈ ਚੀਜ਼ ਭੁੱਲ ਜਾਂਦੇ ਆ ਉਹ ਇਸ ਕਰਕੇ ਨਹੀਂ ਹੁੰਦਾ ਵੀ ਕੋਈ ਸਮਾਂ ਬਹੁਤ ਜ਼ਿਆਦਾ ਹੋ ਗਿਆ ਸਗੋਂ ਇਸ ਗੱਲ ਕਰਕੇ ਹੁੰਦਾ ਵੀ ਆਪਾਂ ਹੋਰ ਨਵੀਂ ਜਾਣਕਾਰੀ ਲੈ ਲੈਨੇ ਆ ਸੋ ਪੁਰਾਣੀ ਭੁੱਲ ਜਾਂਦੇ ਆ ਇਹ ਕਿਹੜੇ ਮਨੋਵਿਗਿਆਨੀ ਨੇ ਕਿਹਾ ਸੀ ਜੀ ਇਹ ਬਾਹਰਟ ਨੇ ਬਾਟਰਲੇਟ ਨੇ ਮੂਲਰ ਅਤੇ ਪਿਲ ਪਿਲ ਜੇਕਰ ਨੇ ਟੂਲਵਿੰਗ ਨੇ ਸੋ ਆਪਸ਼ਨ ਨੰਬਰ ਈ ਡੀ ਸਹੀ ਹੈ ਜੀ ਮੂਲਰ ਅਤੇ ਪਿਲ ਜੇ ਕਰਨ ਇਹ ਗੱਲ ਕਹੀ ਸੀ ਜੀ 6 ਨੰਬਰ ਪ੍ਰਸ਼ਨ ਦੋਸਤੋ ਸੋ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਹੇਠ ਲਿਖਿਆਂ ਵਿੱਚੋਂ ਕਿਸ ਦਾ ਪ੍ਰਭਾਵ ਪ੍ਰੀਖਣ ਤੇ ਨਹੀਂ ਪੈਂਦਾ ਟੈਸਟ ਤੇ ਕੀ ਦਾ ਪ੍ਰਭਾਵ ਨਹੀਂ ਪੈਂਦਾ ਹੇਠ ਲਿਖਿਆਂ ਵਿੱਚੋਂ ਪ੍ਰੀਖਣ ਦੀ ਲੰਬਾਈ ਦਾ ਸਮਾਜਿਕ ਸੰਸਕ੍ਰਿਤ ਭਿੰਨਤਾ ਦਾ ਸਮੂਹ ਵਿੱਚ ਵਿਦਿਆਰਥੀਆਂ ਦੀ ਯੋਗਤਾ ਦਾ ਪ੍ਰੀਖਣ ਦੀ ਵਿਵਹਾਰਿਕਤਾ ਦਾ ਸੋ ਨਹੀਂ ਨੂੰ ਧਿਆਨ ਚ ਰੱਖਣਾ ਤੁਸੀਂ ਨਹੀਂ ਨੂੰ ਆਪਸ਼ਨ ਨੰਬਰ 4 ਸਹੀ ਹੈ ਜੀ ਪ੍ਰੀਖਣ ਦੀ ਵਿਵਹਾਰਕਤਾ ਦਾ ਪ੍ਰਭਾਵ ਟੈਸਟ ਤੇ ਕੋਈ ਨਹੀਂ ਪੈਂਦਾ ਜੀ 7 ਨੰਬਰ ਪ੍ਰਸ਼ਨ ਦੋਸਤੋ ਹੇਠ ਲਿਖਿਆਂ ਵਿੱਚੋਂ ਕਿਹੜਾ ਬੱਚਿਆਂ ਵਿੱਚ ਅਵੇਰੂਚੀ ਇੰਟਰਸਟ ਦੇ ਵਿਕਾਸ ਨੂੰ ਪ੍ਰਭਾਵਿਤ ਨਹੀਂ ਕਰਦਾ ਨਹੀਂ ਗੱਲ ਯਾਦ ਰੱਖਣੀ ਹੈ ਨਹੀਂ ਜਦੋਂ ਵੀ ਤੁਸੀਂ ਕੋਈ ਪ੍ਰਸ਼ਨ ਦਾ ਟਿਕ ਮਾਰ ਕਰੋਗੇ ਜੇ ਕਿਤੇ ਨਹੀਂ ਆ ਜਾਂਦਾ ਉਹਨੂੰ ਤੁਸੀਂ ਨੋਟ ਕਰ ਲੈਣਾ ਉੱਥੇ ਗੋਲ ਚੱਕਰ ਲਾ ਲੈਣਾ ਤਾਂ ਤਾਂ ਜੋ ਤੁਸੀਂ ਪ੍ਰਸ਼ਨ ਦਾ ਉੱਤਰ ਨਹੀਂ ਦੇ ਮੁਤਾਬਕ ਘੜ ਸਕੋ ਸੋ ਪ੍ਰਸ਼ਨ ਨੂੰ ਦੁਬਾਰੇ ਪੜ੍ਹ ਦੇਾਂਗੇ ਹੇਠ ਲਿਖਿਆਂ ਵਿੱਚੋਂ ਕਿਹੜਾ ਬੱਚਿਆਂ ਵਿੱਚ ਅਵੇਰੂਚੀ ਦੇ ਵਿਕਾਸ ਨੂੰ ਪ੍ਰਭਾਵਿਤ ਨਹੀਂ ਕਰਦਾ ਇੰਟਰਸਟ ਨੂੰ ਦੇ ਇੰਟਰਸਟ ਦੇ ਵਿਕਾਸ ਨੂੰ ਪ੍ਰਭਾਵਿਤ ਨਹੀਂ ਕਰਦਾ ਮਾਤਾ-ਪਿਤਾ ਦਾ ਪ੍ਰਭਾਵ ਅਧਿਆਪਕ ਵਿਦਿਆਰਥੀ ਸੰਬੰਧੀ ਕੰਮ ਪ੍ਰਤੀ ਮਨੋਵਿਰਤੀ ਪਰਿਵਾਰ ਦੀ ਆਰਥਿਕ ਸਮਾਜਿਕ ਸਥਿਤੀ ਸੋ ਦੋਸਤੋ ਆਪਸ਼ਨ ਨੰਬਰ 4 ਸੱਸਾ ਸਹੀ ਹੈ ਜੀ ਪਰਿਵਾਰ ਦੀ ਆਰਥਿਕ ਸਮਾਜਿਕ ਸਥਿਤੀ ਚਾਹੇ ਕਮਜ਼ੋਰ ਹੋਵੇ ਚਾਹੇ ਵੱਧ ਵਧੀਆ ਹੋਵੇ ਚਾਹੇ ਠੀਕ ਠਾਕ ਹੋਵੇ ਤਾਂ ਉਹਦਾ ਜਿਹੜਾ ਬੱਚੇ ਦੀ ਰੁਚੀ ਆ ਜਿਹੜਾ ਉਹਦਾ ਇੰਟਰਸਟ ਆ ਉਹ ਤੇ ਕੋਈ ਅਸਰ ਨਹੀਂ ਪੈਂਦਾ ਜੀ ਸੋ ਆਪਾਂ ਕਈ ਵਾਰ ਇਹ ਸੋਚ ਲੈਂਦੇ ਆ ਵੀ ਜੇ ਕੋਈ ਗਰੀਬ ਘਰੋਂ ਪਰਿਵਾਰ ਪਰਿਵਾਰ ਹੈ ਤਾਂ ਉਹਦੇ ਬੱਚਿਆਂ ਦੀ ਰੁਚੀ ਜਾਂ ਉਹਦਾ ਇੰਟਰਸਟ ਆ ਜਿਹੜਾ ਉਹ ਉਹਨੂੰ ਪ੍ਰਭਾਵਿਤ ਕਰੂਗੀ ਉਹਨਾਂ ਦੀ ਆਰਥਿਕ ਸਥਿਤੀ ਹੈ ਜਿਹੀ ਗੱਲ ਨਹੀਂ ਹੁੰਦੀ ਬੱਚੇ ਦੀ ਜਿਹੜਾ ਰੁਚੀ ਆ ਜਿਹੜਾ ਇੰਟਰਸਟ ਆ ਉਹਦਾ ਉਹ ਅੰਦਰੋਂ ਅੰਦਰੋਂ ਨਹੀਂ ਹੁੰਦਾਗਾ ਉਹ ਉਹਨੂੰ ਪੈਸੇ ਜਾਂ ਉਹਨਾਂ ਦੀ ਆਰਥਿਕ ਜਾਂ ਸਮਾਜਿਕ ਸਥਿਤੀ ਉਹਦੇ ਵਿੱਚ ਤਬਦੀਲੀ ਨਹੀਂ ਲਿਆਉਂਦੀ ਆਪਸ਼ਨ ਨੰਬਰ ਹੋਰ ਸਹੀ ਹੈ ਜੀ ਪਰਿਵਾਰ ਦੀ ਆਰਥਿਕ ਸਮਾਜਿਕ ਸਥਿਤੀ ਅਗਲਾ ਪ੍ਰਸ਼ਨ ਦੇਖਦੇ ਆਂ 8 ਨੰਬਰ ਵਿਦਿਆਰਥੀ ਦੁਆਰਾ ਜਮਾਤ ਵਿੱਚ ਅਧਿਆਪਕ ਦੀਆਂ ਗੱਲਾਂ ਵੱਲ ਧਿਆਨ ਦੇਣਾ ਇੱਕ ਉਦਾਹਰਨ ਹੈ ਜਦੋਂ ਵਿਦਿਆਰਥੀ ਅਧਿਆਪਕ ਦੀਆਂ ਗੱਲਾਂ ਵੱਲ ਧਿਆਨ ਦੇ ਰਿਹਾ ਹੁੰਦਾ ਹੈ ਕਲਾਸ 'ਚ ਬੈਠਾ ਤਾਂ ਉਹ ਕਿਹੜੀ ਆਧਾਰਨ ਹੈ ਅਨਿਛਿਤ ਇਛਿਤ ਜਾਂ ਅਵੇ ਆਸ਼ਕ ਅਵਦਾਨ ਜਾਂ ਕੋਈ ਨਹੀਂ ਸੋ ਇਹ ਅਨਿਛਿਤ ਹੀ ਹੁੰਦਾ ਸੁਭਾਵਕੀ ਹੁੰਦਾ ਜੀ ਜਦੋਂ ਕੋਈ ਅਧਿਆਪਕ ਬੋਲ ਰਿਹਾ ਤਾਂ ਬੱਚਿਆਂ ਦਾ ਧਿਆਨ ਉਹਨਾਂ ਦੀਆਂ ਗੱਲਾਂ ਵੱਲ ਹੋਵੇਗਾ ਹੀ ਹੋਵੇਗਾ ਬਿਨੇ ਸਾਈਮਨ ਬੁੱਧੀ ਪ੍ਰੀਖਣ ਕੀ ਹੈ 9 ਨੰਬਰ ਪ੍ਰਸ਼ਨ ਦੇਖਦੇ ਆ ਜੀ ਬਿਨੇ ਸਾਈਮਨ ਦੇ ਨਾਲ ਸੰਬੰਧਿਤ ਬੈਰੀ ਇੰਪੋਰਟੈਂਟ ਪ੍ਰਸ਼ਨ ਨੇ ਇਹ ਜ਼ਰੂਰ ਧਿਆਨ ਚ ਰੱਖਣਾ ਬਿਨੇ ਸਾਈਮਨ ਬੁੱਧੀ ਪ੍ਰੀਖਣ ਹੈ ਸਮੂਹਿਕ ਬੁੱਧੀ ਪ੍ਰੀਖਣ ਹੈ ਇਹ ਵਿਅਕਤੀਗਤ ਬੁੱਧੀ ਪ੍ਰੀਖਣ ਹੈ ਜਾਂ ਆ ਸ਼ਬਦਿਕ ਜਾਂ ਕੋਈ ਨਹੀਂ ਸੋ ਇਹ ਵਿਅਕਤੀਗਤ ਬੁੱਧੀ ਪ੍ਰੀਖਣ ਸੀ ਜੀ অপਸ਼ਨ ਨੰਬਰ ਆੜਾ ਸਹੀ ਹੈ 1905 ਦੇ ਵਿੱਚ ਇਹ ਇਹਨਾਂ ਨੇ ਟੈਸਟ ਕੀਤਾ ਸੀਗਾ ਇਹ ਬੁੱਧੀ ਪ੍ਰੀਖਣ ਦਾ ਜਿਹੜਾ ਹੈ ਸੀ ਦਿੱਤਾ ਸੀ ਸੋ ਅਗਲਾ ਪ੍ਰਸ਼ਨ ਦੇਖਦੇ ਆ ਹੇਠ ਲਿਖਿਆਂ ਵਿੱਚੋਂ ਕਿਹੜਾ ਸਿਰਜਣਾਤਮਕਤਾ ਦਾ ਇੱਕ ਪਹਿਲੂ ਨਹੀਂ ਮੰਨਿਆ ਗਿਆ ਹੈ ਅ ਸੋ ਦੇਖਦੇ ਆਪਸ਼ਨ ਲਚੀਲਾਪਣ ਵਿਸਤਾਰਕ ਧਾਰਾ ਪ੍ਰਵਿਰਤੀ ਅਮੂਰਤ ਚਿੰਤਨ ਸੋ ਦੋਸਤੋ ਹੇਠ ਲਿਖਿਆਂ ਵਿੱਚੋਂ ਕਿਹੜਾ ਸਿਰਜਣਾਤਮਕਤਾ ਦਾ ਇੱਕ ਪਹਿਲੂ ਨਹੀਂ ਮੰਨਿਆ ਗਿਆ ਸੋ অপਸ਼ਨ ਨੰਬਰ 4 ਸਹੀ ਹੈ ਜੀ ਅਮੂਰਤ ਚਿੰਤਨ ਨੂੰ ਇਹਦੇ ਵਿੱਚ ਨਹੀਂ ਮੰਨਿਆ ਜਾਂਦਾ ਸਿਰਜਣਾਤਮਕਤਾ ਦੇ ਇੱਕ ਪਹਿਲੂ ਦੇ ਵਜੋਂ 11 ਨੰਬਰ ਪ੍ਰਸ਼ਨ ਦੋਸਤੋ ਹੇਠ ਲਿਖਿਆਂ ਵਿੱਚੋਂ ਕਿਹੜਾ ਚਿੰਤਨ ਦਾ ਸਾਧਨ ਨਹੀਂ ਹੈ ਸੋ ਹੇਠ ਲਿਖਿਆਂ ਦੇ ਵਿੱਚੋਂ ਪਾਓ ਉਹ ਲੱਭਣਾ ਹੈ ਜਿਹੜਾ ਨਹੀਂ ਚਿੰਤਨ ਦਾ ਸਾਧਨ ਨਹੀਂ ਹੈ ਨਹੀਂ ਨੂੰ ਧਿਆਨ ਚ ਰੱਖਿਓ ਭਾਸ਼ਾ ਪ੍ਰਤਿਮਾ ਗਤ ਅਨੁਭੂਤੀ ਜਾਂ ਕੋਈ ਨਹੀਂ ਸੋ ਆਪਸ਼ਨ ਨੰਬਰ ਈ ਡੀ ਸਹੀ ਹੈ ਜੀ ਪ੍ਰਸ਼ਨ ਦੇ ਮੁਤਾਬਕ ਗਤ ਅਨੁਭੂਤੀ ਨੂੰ ਚਿੰਤਨ ਦਾ ਸਾਧਨ ਨਹੀਂ ਮੰਨਿਆ ਜਾਂਦਾ 12 ਨੰਬਰ ਪ੍ਰਸ਼ਨ ਦੋਸਤੋ ਕਿਸ ਮਨੋਗਿਆਨੀ ਦਾ ਮੰਨਣਾ ਹੈ ਕਿ ਬੱਚਿਆਂ ਵਿੱਚ ਜੋਨ ਪ੍ਰਵਿਰਤੀ ਜਨਮ ਤੋਂ ਹੀ ਪਾਈ ਜਾਂਦੀ ਹੈ ਸੋ ਦੋਸਤੋ ਕਿਹੜਾ ਮਨੋਵਿਗਿਆਨੀ ਸੀ ਜਿਹੜਾ ਕਹਿੰਦਾ ਸੀ ਬੱਚਿਆਂ ਦੇ ਵਿੱਚ ਜੋਨ ਪ੍ਰਵਿਰਤੀ ਜਿਹੜੀ ਉਹ ਜਨਮ ਤੋਂ ਹੀ ਪਾਈ ਜਾਂਦੀ ਹੈ ਹਾਲ ਨੇ ਕਿਹਾ ਸੀ ਇਹ ਫਰਾਈਡ ਨੇ ਕਿਹਾ ਸੀ ਇਰੈਕਸ਼ਨ ਨੇ ਜਾਂ ਰੂਸੋ ਨੇ ਸੋ ਦੋਸਤੋ ਇਹ ਫਰਾਈਡ ਨੇ ਕਿਹਾ ਸੀ ਜਿਨ੍ਹਾਂ ਨੇ ਚੇਤਨਾ ਚੇਤਨ ਚੇਤਨਮਨ ਦੀ ਜਿਹੜੀ ਇਹ ਇਹ ਸਿਧਾਂਤ ਦਿੱਤਾ ਸੀਗਾ ਅਗਲਾ ਪ੍ਰਸ਼ਨ ਦੇਖਦੇ ਹਾਂ 13 ਨੰਬਰ ਪ੍ਰਸ਼ਨ ਦੋਸਤੋ ਅਮੂਰਤ ਚਿੰਤਨਾ ਆਮ ਤੌਰ ਤੇ ਸ਼ੁਰੂ ਹੁੰਦਾ ਹੈ ਪਿਆਜੇ ਦੇ ਨਾਲ ਸੰਬੰਧਿਤ ਪ੍ਰਸ਼ਨ ਆ ਗਿਆ ਪਿਆਜੇ ਦੀ ਥਿਓਰੀ ਦੇ ਨਾਲ ਸੈਂਸਰੀ ਮੋਟਰ ਮੋਟਰ ਸਟੇਜ ਚ ਸ਼ੁਰੂ ਹੋ ਜਾਂਦਾ ਹੈ ਪ੍ਰੀ ኦਪਰੇਸ਼ਨਲ ਸਟੇਜ ਕੰਕ੍ਰੀਟ ኦਪਰੇਸ਼ਨਲ ਸਟੇਜ formal operational stage ਸੋ અમੂਰਤ ਚਿੰਤਨਾ ਜਦੋਂ ਬੱਚਾ ਕਿਸੇ ਤਸਵੀਰ ਨੂੰ ਦੇਖ ਕੇ ਗਿਆਨ ਨਹੀਂ ਕਰਦਾ ਜਾਂ ਉਹਦੇ ਬਾਰੇ ਨਹੀਂ ਬੋਲਦਾ ਮਤਲਬ ਤਸਵੀਰ ਦੀ ਜਿਹੜੀ ਤਸਵੀਰ ਨੂੰ ਆਪਣੇ ਮਨ ਚ ਬਣਾਉਣ ਲੱਗ ਜਾਂਦਾ ਉਹ અમੂਰਤ ਚਿੰਤਨ ਕਰਨ ਲੱਗ ਜਾਂਦਾ ਕੋਈ ਲੋੜ ਨਹੀਂ ਪੈਂਦੀ ਉਹਨੂੰ ਕਿਸੇ ਤਸਵੀਰ ਦੀ ਫਿਰ ਵੀ ਉਹ ਕਿਸੇ ਚੀਜ਼ ਬਾਰੇ ਬੋਲ ਸਕਦਾ ਤਾਂ অপਸ਼ਨ ਨੰਬਰ ਡੀ ਸਹੀ ਹੈ ਜੀ ਫਾਰਮਲ ኦਪਰੇਸ਼ਨਲ 스테ਜ ਹੁੰਦੀ ਹੈ ਚੌਥੀ 스테ਜ 14 ਨੰਬਰ ਪ੍ਰਸ਼ਨ ਦੋਸਤੋ ਸ਼ੁਰੂਆਤੀ ਪੜਾ ਤੇ ਦੇ ਜ਼ਿਆਦਾਤਰ ਸਿੱਖਣ ਦੀ ਪ੍ਰਕਿਰਤੀ ਚ ਨੂੰ ਸ਼ੁਰੂਆਤੀ ਪੜਾ ਮਤਲਬ ਪ੍ਰੀ ਪ੍ਰਾਇਮਰੀ ਪ੍ਰਾਇਮਰੀ ਲੈਵਲ ਪ੍ਰਾਇਮਰੀ ਪੱਧਰ ਹੁੰਦਾ ਜਿਹੜਾ ਜ਼ਿਆਦਾਤਰ ਸਿੱਖਣ ਦੀ ਪ੍ਰਕਿਰਤੀ ਕੀ ਹੁੰਦੀ ਹੈ ਅਚਨਚੇਤੀ ਹੁੰਦੀ ਹੈ ਨਕਲ ਉਪਰੋਕਤ ਦੋਮੇ ਜਾਂ ਕੋਈ ਨਹੀਂ ਆਪਸ਼ਨ ਨੰਬਰ ਈ ਡੀ ਸਹੀ ਹੈ ਜੀ ਅਚਨਚੇਤ ਵੀ ਉਹਨਾਂ ਨੂੰ ਗਿਆਨ ਹੁੰਦਾ ਤੇ ਨਕਲ ਵੀ ਕਰਦੇ ਨੇ ਉਹ ਸ਼ੁਰੂਆਤੀ ਪੜਾ ਪ੍ਰਾਇਮਰੀ ਪੱਧਰ ਹੁੰਦਾ ਜਿਹੜਾ ਉਸ ਸਮੇਂ ਨਕਲ ਨਾਲ ਵਧਾ ਜ਼ਿਆਦਾ ਸਿੱਖਦੇ ਨੇ ਅਚਨਚੇਤ ਵੀ ਉਹਨਾਂ ਨੂੰ ਗਿਆਨ ਹੁੰਦਾ ਰਹਿੰਦਾ 15 ਨੰਬਰ ਪ੍ਰਸ਼ਨ ਦੋਸਤੋ ਇਸ ਵੀਡੀਓ ਦਾ ਆਖਰੀ ਪ੍ਰਸ਼ਨ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਲੈ ਕੇ ਆਉਂਦੇ ਰਹਾਂਗੇ ਤੁਹਾਡੇ ਲਈ ਐਸੀ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਨੇ ਸਿਧਾਂਤ ਨੇ ਮਨੋਵਿਗਿਆਨ ਦੇ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਭਾਰਤ ਵਿੱਚ ਐਲੀਮੈਂਟਰੀ ਦੇ ਵਿਦਿਆਰਥੀਆਂ ਲਈ ਕੀ ਸਹੂਲਤ ਹੈ ਜਿਹੜੇ ਐਲੀਮੈਂਟਰੀ ਪੱਧਰ ਦੇ ਬੱਚੇ ਨੇ ਉਹਨਾਂ ਨੂੰ ਭਾਰਤ ਸਰਕਾਰ ਵੱਲੋਂ ਕੀ ਕੀ ਸਹੂਲਤਾਂ ਨੇ ਮੁਫਤ ਸਿੱਖਿਆ ਲਾਜ਼ਮੀ ਸਿੱਖਿਆ ਮੁਫਤ ਤੇ ਲਾਜ਼ਮੀ ਸਿੱਖਿਆ ਜਾਂ ਕੋਈ ਨਹੀਂ ਆਪਸ਼ਨ ਨੰਬਰ ਈ ਡੀ ਸਹੀ ਹੈ ਜੀ ਮੁਫਤ ਤੇ ਲਾਜ਼ਮੀ ਸਿੱਖਿਆ ਦਾ ਜਿਹੜਾ ਪ੍ਰਬੰਧਨ ਕੀਤਾ ਗਿਆਗਾ ਭਾਰਤ ਵਿੱਚ ਐਲੀਮੈਂਟਰੀ ਦੇ ਵਿਦਿਆਰਥੀਆਂ ਲਈ ਸੋ ਦੋਸਤੋ ਇਹ ਸਨ 15 ਵੈਰੀ ਇੰਪੋਰਟੈਂਟ MCQ's ਜੋ ਕਿ ਤੁਹਾਡੇ ਪੇਪਰ ਦੇ ਪੁਆਇੰਟ ਆਫ 뷰 ਤੋਂ ਤੁਹਾਡੇ ਲਈ ਬੜੇ ਲਾਹੇਵੰਦ ਹੋਣੇ ਖਾਸ ਕਰਕੇ ਐਂਟੀਟੀ ਪ੍ਰੀ ਪ੍ਰਾਇਮਰੀ 83 93 ਪੋਸਟਾਂ ਦੇ ਕੈਂਡੀਡੇਟ ਡੇਅਰ ਵਾਸਤੇ ਸੋ ਜਿਹੜੇ ਬੱਚੇ ਪੀਐਸ ਟੈਟ ਦੀ ਤਿਆਰੀ ਕਰਦੇ ਨੇ ਐਚ ਟੈਟ ਦੀ ਸੀ ਟੈਟ ਦੀ ਤਿਆਰੀ ਕਰਦੇ ਨੇ ਉਹਨਾਂ ਵਾਸਤੇ ਵੀ ਇਹ ਵੀਡੀਓ ਲਾਹੇਵੰਦ ਹੈ ਸੋ ਉਸ ਤਰ੍ਹਾਂ ਦੇ ਕੈਂਡੀਡੇਟ ਨੂੰ ਪੀਐਸ ਟੈਟ ਦੀ ਤਿਆਰੀ ਕਰਨ ਵਾਲੇ ਬੱਚਿਆਂ ਨੂੰ ਵੀ ਇਹ ਵੀਡੀਓ ਭੇਜਣਾ ਸੋ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬੈਲ ਆਈਕਨ ਦਬਾ ਲਿਓ ਤਾਂ ਜੋ ਆਪਣੇ ਚੈਨਲ ਤੇ ਪਾਈ ਹੋਈ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਮਿਲ ਸਕੇ ਸੋ ਜੁੜੇ ਰਹੋ ਚੈਨਲ ਦੇ ਨਾਲ ਆਪਾਂ ਪੰਜਾਬ ਚ ਨਿਕਲੀਆਂ ਹਰ ਤਰ੍ਹਾਂ ਦੀਆਂ ਪੋਸਟਾਂ ਦੇ ਸਲੇਸ ਦੇ ਅਕੋਰਡਿੰਗ ਤੁਹਾਨੂੰ ਤਿਆਰੀ ਕਰਾਵਾਂਗੇ ਸੋ ਲਾਈਕ ਸ਼ੇਅਰ ਕਰਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ